ਬਿਸਮਿਲ੍ਲਾਹਿਰ੍ਰਹਮਾਨਿਰ੍ਰਹੀਮ ਮੇਰੇ ਵੱਲੋਂ ਮੈਂ ਦੇਖਣੇ ਵਾਲੇ ਸਾਰੇ ਭੈਣਾਂ ਭਰਾਵਾਂ ਨੂੰ ਅਸਲਾਮੁਅਲੈਕੁਮ। ਮੇਰੀ ਦੁਆ ਕਿ ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਤੁਹਾਡੇ ਸਾਰੇ ਦੁੱਖ ਤਕਲੀਫਾਂ ਨੂੰ ਦੂਰ ਕਰੇ, ਸਦਾ ਹੱਸਦੇ ਰਹੋ ਤੇ ਮੁਸਕਰਾਉਂਦੇ ਰਹੋ। ਇਸ ਤੋਂ ਬਾਅਦ ਨਾਲ ਜੀ ਅੱਜ ਦਾ ਵਲੋਗ ਕਰਦੇ ਹਾਂ ਜੀ ਸ਼ੁਰੂ। ਅਤੇ ਸੁਬਹਾ ਸੁਬਹਾ ਦਾ ਟਾਈਮ ਆ ਜੀ, ਅਤੇ ਲੇਕਿਨ ਅਸੀਂ ਥੋੜ੍ਹਾ ਜਿਹਾ ਲੇਟ ਅੱਜ ਉੱਠੇ ਹਾਂ, ਤਾਂ ਕਿ ਰਾਤੀ ਅਸੀਂ ਬੜੇ ਜ਼ਲੀਲ ਹੋਏ ਅਤੇ ਸਾਡੀ ਬੈਟਰੀ ਜਿਹੜੀ ਆ ਨਾ ਇਹ ਵੀ ਖਰਾਬ ਹੋਈ ਪਈ ਆ, ਅਤੇ ਕੂਲਰ ਵੀ ਨਹੀਂ ਚਲਾਉਂਦੀ। ਅੱਜ ਇਹਨੂੰ ਤਾਂ ਚੱਕੋ ਤੈਨੂੰ ਬਾਹਰ ਸਿੱਟੋ, ਮੈਂ ਤਾਂ ਕਹਿੰਦੀ ਕੁਛ ਵੀ ਨਹੀਂ ਕਰਦੀ, ਤਾਂ ਫਾਇਦਾ ਰੱਖਣਾ ਹੈ। ਚਲੋ ਨਾ ਸਭ ਤਾਂ ਕੋਈ ਦੇ, ਹਾਂਜੀ ਨਹੀਂ ਛੋਟੀ ਲੈ ਲੈਂਦੇ ਬੈਟਰੀ। ਤੇ ਚਲੋ ਕੋਈ ਰਾਤ ਕੂਲਰ ਤੇ ਚਲੇ, ਤਾਂ ਕਿ ਲਾਈਟ ਉਹ ਨਹੀਂ ਆਉਂਦੀ ਜਦੋਂ ਮੌਸਮ ਖਰਾਬ ਹੋ ਜਾਂਦਾ, ਵੀ ਸਾਡੇ ਕੋਲ ਲਾਈਟ ਵੀ ਨਹੀਂ ਆਉਂਦੀ ਤੇ ਆਪਣਾ ਸੋਲਰ ਤੇ ਦਿਨ ਦਿਨ ਨਹੀਂ ਚੱਲਦਾ ਵਾ। ਬੈਟਰੀ ਹੋਵੇ ਚਲੋ ਰਾਤ ਨੂੰ ਬੱਚੇ ਸਕੂਨ ਨਾਲ ਪੈ ਜਾਂਦੇ, ਬੱਚੇ ਉਹ ਤੜਫਣ, ਮੈਂ ਖੁਦ ਸਾਰੀ ਰਾਤ ਅਸੀਂ ਬਾਹਰ ਜਾ ਕੇ ਦੇਖੀਏ ਤੇ ਹਲਕੀ ਹਲਕੀ ਬਾਰਿਸ਼ ਹੋਵੇ, ਨਾ ਕਮਰੇ 'ਚ ਲੇਟਿਆ ਜਾਵੇ ਤੇ ਨਾ ਬਾਹਰ ਲੇਟਿਆ ਜਾਵੇ, ਅਸੀਂ ਬੜੇ ਤੰਗ ਹੋਏ ਵੀ ਬੜਾ। ਅਸੀਂ ਮੌਸਮ ਬਹੁਤ ਪਿਆਰਾ ਬਣਿਆ ਸੀਗਾ, ਜਦੋਂ ਹਲਕੀ ਹਲਕੀ ਬਾਰਿਸ਼ ਆਉਂਦੀ ਸੀ ਕਿਣੀਆਂ ਨਹੀਂ ਅਸੀਂ, ਫਿਰ ਕੋਈ ਨਹੀਂ ਹਾਲ ਸੀ, ਫਿਰ ਅਸੀਂ ਅੰਦਰ ਤੇ ਕਦੀ ਬਾਹਰ, ਤੇ ਇਸ ਕਰਕੇ ਨਾ ਸਾਡੀ ਰਾਤ ਦੀ ਨੀਂਦ ਜਿਹੜੀ ਹੈ ਨਾ ਖਰਾਬ ਹੋ ਗਈ, ਬੜੀ ਬੇਸਕੂਨੀ ਸੀ ਤੇ ਬਸ ਕੋਈ ਹਾਲ ਨਹੀਂ। ਤੇ ਬਿਸਤਰੇ ਇਕੱਠੇ ਕਰਨ ਲੱਗੀਆਂ ਜੀ, ਕੰਮ ਕਰਨ ਲੱਗੀਆਂ ਜੀ, ਕੰਮ ਕਰੀਏ ਹੁਣ, ਤੇ ਨਾਲ ਮੈਂ ਆਪਣੇ ਵਿਊਵਰਸ ਦੇ ਨਾਲ ਵੀ ਆਪਣਾ ਸ਼ੇਅਰ ਕਰਦੇ ਹਾਂ। ਕੱਲ ਦੋ ਦੋ ਹਨੇਰੀ ਆਈ ਸੀ ਤੇ ਕਿੰਨੀ ਮਿੱਟੀ ਆ ਗਈ, ਆ ਖਾ ਮੋਈ ਪਰ ਨਗਾਰੀ ਆਪਣੇ ਬੰਨੇ ਅਮੀ ਨਾਲ ਬੰਨੇ, ਤੇ ਡਰ ਮੈਨੂੰ ਆਪ ਵੀ ਬਹੁਤ ਲੱਗਦਾ ਸੀ, ਇੰਨੀ ਤੇਜ਼ ਹਨੇਰੀ ਸੀ ਨਾ। ਰਾਤੀ ਠੰਡ ਸੀਗੀ ਤੇ ਤੁਸੀਂ ਸਾਡੀ ਨਾ ਸਪੋਰਟ ਨਹੀਂ ਕਰਦੇ, ਸਾਡੀ ਵੀਡੀਓ ਨੂੰ ਵਾਚ ਨਹੀਂ ਕਰਦੇ, ਤੇ ਜਿਹੜਾ ਅਸੀਂ ਬਰਾਮਦੇ ਬਣਾਉਣੇ ਆ ਨਾ ਅੱਗੇ, ਉਹ ਅਸੀਂ ਇਸ ਤਰ੍ਹਾਂ ਬੰਦ ਨਹੀਂ ਬਣਾਉਣੇ, ਖੁੱਲ੍ਹੇ ਓਪਨ ਬਣਾਉਣੇ ਆ, ਗਰਿੱਲ ਵੀ ਨਹੀਂ ਲਾਉਣੇ, ਠੀਕ ਆ? ਠੀਕ ਹੈ ਜਿਸ ਤਰ੍ਹਾਂ, ਹਾਂ ਗਰਿੱਲ ਵੀ ਨਹੀਂ ਲਾਉਣੇ, ਤਾਂ ਕਿ ਜਦੋਂ ਕੋਈ ਬਾਹਰੋਂ ਹਵਾ ਆਵੇ, ਹਵਾ 'ਚ ਲੱਗੇ ਹੁਣ ਦੇਖੋ ਉੱਧਰ ਮੈਂ ਭੁੱਖੋਂ ਨੇ ਸਾਰੇ, ਇਸ ਰਿਲੇਟਡ ਅਸੀਂ ਇੱਧਰ ਬਸ ਜ਼ਲੀਲ ਹੁੰਦੇ ਸੀ। ਚਲੋ ਠੀਕ ਹੋ ਗਿਆ, ਹਾਂਜੀ ਠੀਕ ਆ ਨਾ, ਕਿਹੜੀ ਲਿਆਵਾਂ ਦੇਖ ਲਿਓ ਜਿਹੜੀ ਕੋਈ ਅੱਛੀ ਲੱਗੇ। ਚਲੋ ਠੀਕ ਮੋਈਜ਼ਾ, ਚਲ ਮੂੰਹ ਧੋ ਬੈਠਾ ਚਲੀਏ, ਗੱਲ ਸੁਣਾ ਕਿਤੇ ਡੇਂਗਾ ਨਾ ਚੱਕ ਲਿਆ। ਚਲੋ ਠੀਕ ਹੈ, ਹੋਰ ਲਿਆਵਾਂਗੇ ਮੂੰਹ ਤੋਂ, ਚਲੋ ਦਵਾਈ ਲਿਆਉਂਦੇ ਜੀ।
ਚਲੋ ਬੇਟਾ ਲਿਆ ਕੇ ਮੰਮਾ ਜਮਾਂਗੇ ਅੱਜ ਨੀ ਤੂੰ ਰਿੜ ਗਿਆ ਅਸੀਂ ਇੱਕੋ ਮਾਂ ਦੁੱਧ ਦਿੰਦੀ ਹੈ ਨਾ ਜਦੋਂ ਥੋੜ੍ਹਾ ਹੁੰਦਾ ਫਿਰ ਅਸੀਂ 2 ਦਿਨ ਦਾ ਕਰਕੇ ਨਾ ਜਮਾਂ ਫਿਰ ਰਿੜਕ ਲੈਂਦੀ ਹੈ ਅਤੇ ਇੱਕ ਦਿਨ ਨਾਗਾ ਕਰ ਲਈਦਾ ਕਿਉਂਕਿ ਫਿਰ ਬੱਚਿਆਂ ਨੂੰ ਪੀਣਾ ਹੁੰਦਾ ਨਾ ਤਾਂ ਕਰਕੇ ਆਲੂ ਬੁਖਾਰਾ ਤਾਂ ਖਰਮਾਨੀਆਂ ਬਥੇਰੀਆਂ ਸਹੀ ਕੀ ਲੈਣੀਆਂ ਤੁਸੀਂ ਨਹੀਂ ਕੱਟ ਕੇ ਖਾ ਲਓ ਬਰਫ ਜੰਮੀ ਫਰਿਜ ਰਾਤ ਬਿਜਲੀ ਕੋਈ ਨਹੀਂ ਸੀ ਨਾ ਖਾ ਲਓ ਖਾ ਲਓ ਖਾ ਲਓ ਖਾ ਲਓ ਜੇ ਕਿ ਗਿਰ ਨਾ ਜਾਵੇ ਤੇ ਕੋਲੋਂ ਖਾ ਲਓ ਖਾ ਲਓ ਖਾ ਲਓ ਜੀ ਬੇਟਾ ਅੱਛਾ ਕੋਈ ਤਾਂ ਲੈ ਆਊਗਾ ਬੇਟਾ ਮੈਂ ਤੁਹਾਨੂੰ ਲਿਆ ਦੂੰਗਾ ਉਹਦੇ ਨਾਲ ਤੋਂ ਜੀ ਅਸੀਂ ਆਏ ਨਾ ਪਕੜ ਲਓ ਕੋਲੋਂ ਇਹ ਸਿੱਟ ਲੈਣੀ ਅੱਛੇ ਮਜ਼ੇ ਕਾਲੋ ਕਾਲੋ ਕਾ ਲਿਆ ਕਰ ਬਹੁਤ ਕੋਈ ਚੀਜ਼ ਮਜ਼ੇਦਾਰ ਅੱਛਾ ਜੀ ਹੀਰਾ ਬੇਟੀ ਗਿਆ ਸੀ ਨਹਾਈ ਕਢਾਈ ਆ ਹੀਰਾ ਬੇਟੀ ਭੁੱਖ ਲੱਗ ਗਈ ਹੁਣ ਫਿਰ ਸੋ ਜਾਣਾ ਮੇਰੀ ਧੀ ਨੇ ਹੁਣ ਨਾ ਸੋਇਆ ਫਿਰ ਆ ਟਾਈਮ ਬਹੁਤ ਤੰਗ ਕਰਦਾ ਮੇਰੇ ਬਹੁਤ ਠੀਕ ਹੈ ਨਾ ਤੈਨੂੰ ਮੈਂ ਕਿੰਨੀ ਦਫ਼ਾ ਕਿਹਾ ਦਵਾਈ ਲਿਆਈ ਇਹ ਕਿਹੜਾ ਮੰਨਦਾ ਦੱਸ ਮੈਂ ਕੀ ਕਰਾਂ ਫਿਰਿਆ ਕਰੋ ਨਾ ਠੀਕ ਹੈ ਨਾ ਖਾਂਸੀ ਵੀ ਨਾਲ ਸਹੀ ਆ।
देखो इसको क्या बोलते हैं, देश का दूध वाला। 5,000 का मेरा दूध वाला देख जा, 5,000 का। 5,000 का बेटा बर्तन बहुत महंगे हो गए। हाँ जी, गर्मी बहुत, जल्दी जल्दी करो, मुझे तो गर्मी लग रही है। हाँ तो तुम नहा के बैठे हो, मुझे गर्मी लग रही है, धूप पे कर रही हूँ इसलिए। मैं भी धूप पे बैठी हूँ, बर्तन धो रही हूँ। हाँ जी, चलो छाँक चले जाओ। अल्लाह। प्यास लगी मेरी बेटी ने, मन पकड़ा दो, मुझे दे दे, इरन इरन दे दो, इरन दे दो। चलो आस्ता आस्ता स्पीड ना लाओ ज्यादा, ठीक है ना, मुझे तार तो लगा दियो। चलो उन्हें बाहर जाना ही नहीं, बड़ी स्पीड लाउंदी कल में देखी दौड़ती है। अजय ना बेटी आस्ता आस्ता दौड़ती है, दे दौड़ती है, टूट जाना है। भाई कहना बाहर चल जाओ, जाओ बाहर चल जाओ। नहीं मैं अपनी बेटी से लीला कर रहा हूँ, ठीक है निकल जाने, ठीक है ना। ना 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 ना